ਆਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ। ਅੱਜ ਦਾ ਸੈਸ਼ਨ ਆਪਾਂ ਕਰਨ ਜਾ ਰਹੇ ਹਾਂ ਹੈਲਥ ਦੇ ਉੱਪਰ। ਪਹਿਲਾ ਸੁੱਖ ਨਿਰੋਗੀ ਕਾਇਆ, ਜਿੱਦਾਂ ਕਿ ਹਰ ਜਗ੍ਹਾ ਤੇ ਕਿਹਾ ਜਾਂਦਾ ਹੈ ਹੈਲਥ ਇਜ਼ ਵੈਲਥ। ਔਰ ਵਾਕਈ ਹੈਲਥ ਇੱਕ ਰੀਅਲ ਵੈਲਥ ਹੁੰਦੀ ਹੈ। ਅਗਰ ਇੱਕ ਇਨਸਾਨ ਕੋਲ ਪੈਸਾ ਬਹੁਤ ਹੈ ਬਟ ਸਿਹਤ ਨਹੀਂ ਹੈ, ਉਹ ਪੈਸੇ ਦਾ ਆਨੰਦ ਨਹੀਂ ਮਾਣ ਸਕਦਾ। ਬਹੁਤ ਵੱਡਾ ਘਰ ਹੈ ਪਰ ਸਿਹਤਮੰਦ ਨਹੀਂ ਹੈ, ਤੇ ਉਹਦੇ ਹੋਸਪਿਟਲ ਬਣਿਆ ਹੋਇਆ। ਬਹੁਤ ਵੱਡੀ ਗੱਡੀ ਹੈ, ਸਿਹਤ ਨਹੀਂ ਹੈ ਤੇ ਉਹ ਨਾ ਤੇ ਚਲਾ ਸਕਦਾ, ਤੇ ਦੂਜਾ ਉਹਦੇ ਲਈ ਐਂਬੂਲੈਂਸ ਹੁੰਦੀ ਹੈ। ਸੋ ਆਪਾਂ ਇਸ ਚੀਜ਼ ਦਾ ਮਤਲਬ ਸਮਝੀਏ ਕਿ ਪਹਿਲੇ ਸੁੱਖ ਵੱਲ ਨੂੰ ਆਪਾਂ ਧਿਆਨ ਜ਼ਰੂਰ ਦੇਈਏ। ਕਈ ਵਾਰ ਆਪਾਂ ਬਾਕੀ ਚੀਜ਼ਾਂ ਮਗਰ ਲੱਗੇ ਹੁੰਦੇ ਹਾਂ, ਪਰ ਇਸ ਚੀਜ਼ ਨੂੰ ਆਪਾਂ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਕਿ ਸਿਹਤ ਨਾਮ ਦੀ ਚੀਜ਼ ਵੀ ਕੋਈ ਹੈ ਔਰ ਸਾਡੇ ਲਈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਹਾਡਾ ਪਰਮਾਨੈਂਟ ਐਡਰੈਸ ਤਾਂ ਸਿਹਤ ਹੀ ਹੈ। ਤੁਸੀਂ ਉਦੋਂ ਤੱਕ ਹੀ ਦੁਨੀਆਂ 'ਚ ਜਦੋਂ ਤੱਕ ਤੁਹਾਡੀ ਸਿਹਤ ਹੈ, ਤੁਹਾਡੀ ਕਦਰ ਘਰ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਉਦੋਂ ਤੱਕ ਜਦੋਂ ਤੱਕ ਤੁਹਾਡੀ ਸਿਹਤ ਵਧੀਆ ਹੈ। ਕੋਈ ਵੀ ਇਨਸਾਨ ਹੈ, ਉਹ ਬਿਮਾਰ ਹਸਬੈਂਡ ਨਹੀਂ ਚਾਹੁੰਦਾ, ਬਿਮਾਰ ਵਾਈਫ ਨਹੀਂ ਚਾਹੁੰਦਾ, ਬਿਮਾਰ ਮਾਂ ਬਾਪ ਨਹੀਂ ਚਾਹੁੰਦਾ, ਬਿਮਾਰ ਬੱਚੇ ਨਹੀਂ ਚਾਹੁੰਦਾ। ਹਰ ਇਨਸਾਨ ਇਹੀ ਚਾਹੁੰਦਾ ਕਿ ਮੇਰਾ ਆਲਾ ਦੁਆਲਾ ਸਾਰੇ ਲੋਕ ਤੰਦਰੁਸਤ ਰਹਿਣ, ਪਰ ਉਹਦੇ ਲਈ ਆਪਾਂ ਐਫਰਟ ਨਹੀਂ ਕਰਦੇ। ਔਰ ਉਹ ਐਫਰਟ ਜਾਂ ਉਹ ਸਮਝ ਵੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਵਾਕਈ ਸਿਹਤ ਨੂੰ ਪਹਿਲੇ ਨੰਬਰ ਤੇ ਰੱਖੀਏ। ਪਰ ਅੱਜ ਦੇ ਅਗਰ ਆਪਾਂ ਗੱਲ ਕਰਦੇ ਹਾਂ ਸਿਨੈਰੀਓਜ਼, ਤਾਂ ਲਾਈਫ ਸਟਾਈਲ ਡਿਸੀਜ਼ ਐਂਡ ਯੂ ਆਪਾਂ ਜਾਣਦੇ ਹਾਂ ਕਿ ਅੱਜ ਘਰ ਘਰ ਦੇ ਵਿੱਚ ਇਹ ਪ੍ਰੋਬਲਮ ਬਿਮਾਰੀਆਂ ਘਰ ਘਰ 'ਚ ਆ ਚੁੱਕੀਆਂ ਨੇ। ਸ਼ੂਗਰ, BP, ਗੈਸ, ਅਰਥਰਾਈਟਸ, ਕੋਲੈਸਟਰੋਲ, ਮੋਟਾਪਾ ਜਾਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹਨਾਂ ਦੇ ਨਾਮ ਅਸੀਂ ਸੁਣਦੇ ਹਾਂ, ਰੋਜ਼ ਨਵੀਂ ਨਵੀਂ ਬਿਮਾਰੀਆਂ ਦੇ ਨਾਮ ਨਿਕਲ ਕੇ ਆ ਜਾਂਦੇ ਆ, ਇਹ ਪ੍ਰੋਬਲਮਾਂ ਹੋ ਕਿਉਂ ਰਹੀਆਂ ਆ? ਸਾਡਾ ਇਸ ਚੀਜ਼ ਦੇ ਉੱਪਰ ਧਿਆਨ ਨਹੀਂ ਹੁੰਦਾ ਜਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ, ਟੌਕਸਿਨ ਜਿਹੜੇ ਆ ਉਹ ਸਾਡੀ ਬੋਡੀ ਦੇ ਵਿੱਚ ਆਉਂਦੇ ਆ, ਜਿਹੜਾ ਸਭ ਤੋਂ ਵੱਡਾ ਮੇਨ ਰੀਜ਼ਨ ਆ ਅੱਜ ਲੋਕਾਂ ਦੀ ਸਿਹਤ ਦੇ ਖਰਾਬ ਹੋਣ ਦਾ। ਔਰ ਟੌਕਸਿਨ ਆਉਂਦੇ ਕਿੱਥੋਂ ਕਿੱਥੋਂ ਆ, ਇਹ ਪ੍ਰੋਬਲਮਾਂ ਕਿਉਂ ਆ ਰਹੀਆਂ, ਬਿਮਾਰੀਆਂ ਵੱਡੀਆਂ ਕਿਉਂ ਹੋ ਰਹੀਆਂ? ਪਹਿਲੀ ਚੀਜ਼ ਆ ਗਈ ਸਾਡਾ ਪਾਣੀ। ਅੱਜ ਉਹ ਪਾਣੀ ਸਾਫ਼ ਨਹੀਂ ਹੈ, ਉਹ ਮਿਨਰਲ ਵਾਟਰ ਨਹੀਂ ਹੈ ਜੋ ਸਾਨੂੰ ਚਾਹੀਦਾ ਹੁੰਦਾ ਹੈ। ਦੂਸਰੀ ਆ ਗਈ ਜੀ ਹਵਾ। ਹਵਾ ਦੇ ਵਿੱਚ ਸਹੀ ਆਕਸੀਜਨ ਦੀ ਮਾਤਰਾ ਚਾਹੀਦੀ ਹੈ ਤੇ ਜ਼ਹਿਰੀਲੀਆਂ ਗੈਸਾਂ ਨਾ ਹੋਣ, ਬਟ ਅੱਜ ਦੇ ਟਾਈਮ ਦਾ ਆਪਾਂ ਨੂੰ ਪਤਾ ਹੈ ਕਿ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ। ਔਰ ਅਗਰ ਆਪਾਂ ਕਦੇ ਵੀ ਗੂਗਲ ਤੇ ਸਰਚ ਕਰੀਏ, ਉਹ ਹਮੇਸ਼ਾ ਸਾਨੂੰ ਇਹੀ ਦੱਸਦਾ ਕਿ ਅੱਜ ਦੀ ਹਵਾ ਬਾਹਰ ਜਾਣ ਦੇ ਕਾਬਿਲ ਨਹੀਂ ਹੈ, ਤੁਸੀਂ ਘਰੇ ਹੀ ਬੈਠੋ, ਕਿਉਂਕਿ ਹਵਾ ਦਾ ਜਿਹੜਾ ਲੈਵਲ ਆ ਉਹ ਹੌਲੀ ਹੌਲੀ ਗਿਰਦਾ ਜਾ ਰਿਹਾ। ਖਾਣੇ ਦੀ ਅਸੀਂ ਗੱਲ ਕਰ ਲੈਂਦੇ ਹਾਂ ਤੇ ਅੱਜ ਹਰ ਇੱਕ ਨੂੰ ਪਤਾ ਹੈ ਕਿ ਖਾਣੇ ਦੇ ਵਿੱਚ ਬਹੁਤ ਸਾਰੀਆਂ ਰੇਹਾਂ ਸਪਰੇਆਂ ਹੋ ਰਹੀਆਂ ਹੈ, ਬੀਜ ਤੇ ਇੰਜੀਨੀਅਰਿੰਗ ਹੋ ਰਹੀ ਆ ਬਹੁਤ ਜ਼ਿਆਦਾ। ਅੱਜ ਦੇ ਟਾਈਮ ਤੇ ਬੀਜ ਨਾਲੋਂ ਵੀ ਜ਼ਿਆਦਾ ਉਹਦੇ ਵਿੱਚ ਖਾਦਾਂ ਸਪਰੇਆਂ ਦੀ ਮਾਤਰਾ ਪੈਂਦੀ ਹੈ ਤੇ ਉਹੀ ਇੱਕ ਇਨਸਾਨ ਖਾ ਰਿਹਾ। ਔਰ ਕਿੱਦਾਂ ਪੋਸੀਬਲ ਆ ਕਿ ਅਸੀਂ ਉਹ ਵਾਲੀ ਸਿਹਤ ਅੱਜ ਮਾਣ ਸਕੀਏ ਜੋ 50-60 ਸਾਲ ਪਹਿਲਾਂ ਲੋਕ ਮਾਣਦੇ ਸੀ? ਫਾਸਟ ਲਾਈਫ ਹੋ ਚੁੱਕੀ ਹੈ ਤੇ ਫਾਸਟ ਫੂਡ ਖਾਣਾ ਲੋਕਾਂ ਦੀ ਪਸੰਦ ਬਣ ਚੁੱਕਾ ਹੈ। ਜੰਕ ਫੂਡ, ਪੈਕਡ ਫੂਡ ਲੋਕ ਜ਼ਿਆਦਾ ਖਾਂਦੇ ਨੇ ਔਰ ਇੱਕ ਟ੍ਰੈਂਡ ਬਣ ਚੁੱਕਾ ਹੈ ਦੇਖੋ ਦੇਖੀ ਕਿ ਲੋਕ ਖਾਂਦੇ ਨੇ ਤੇ ਇਹੀ ਚੀਜ਼ਾਂ ਸ਼ਾਇਦ ਜ਼ਿਆਦਾ ਵਧੀਆ। ਬਟ ਸਾਨੂੰ ਸਮਝਣ ਦੀ ਲੋੜ ਆ ਕਿ ਇਹ ਚੀਜ਼ਾਂ ਸ਼ਾਇਦ ਸਾਡੇ ਖਾਣ ਦੇ ਕਾਬਿਲ ਨਹੀਂ ਹੈਗੀਆਂ ਔਰ ਇਹੀ ਨੁਕਸਾਨ ਕਰ ਰਹੀਆਂ। ਇਸ ਤੋਂ ਬਾਅਦ ਐਨੀਮਲ ਫੂਡ ਦੇ ਉੱਪਰ ਲੋਕ ਬਹੁਤ ਜ਼ਿਆਦਾ ਡਿਪੈਂਡੈਂਟ ਨੇ, ਇਹ ਵੀ ਇੱਕ ਟ੍ਰੈਂਡ ਹੈ, ਪਰ ਇਹ ਵੀ ਨੁਕਸਾਨ ਜ਼ਿਆਦਾ ਦੇ ਰਿਹਾ, ਫਾਇਦਾ ਘੱਟ ਦੇ ਰਿਹਾ। ਮੈਡੀਸਿਨ ਬਹੁਤ ਵੱਡੀ ਇੰਡਸਟਰੀ ਹੈ ਔਰ ਕਿਤੇ ਨਾ ਕਿਤੇ ਹਰ ਇਨਸਾਨ ਮੈਡੀਸਿਨ ਖਾ ਰਿਹਾ ਔਰ ਉਹਦੇ ਸਾਈਡ ਇਫੈਕਟ ਵੀ ਬੋਡੀ 'ਚ ਜਾ ਰਹੇ ਆ ਤੇ ਟੌਕਸਿਨ ਬਣ ਰਹੇ ਆ, ਜਿਹਦੀ ਵਜ੍ਹਾ ਨਾਲ ਇਹ ਸਾਰੀਆਂ ਦੀ ਸਾਰੀਆਂ ਪ੍ਰੋਬਲਮਾਂ ਵੱਡੀਆਂ ਹੋ ਰਹੀਆਂ ਨੇ। ਵਟ ਯੂਅਰ ਡਾਕਟਰ ਡਜ਼ਨਟ ਨੋ ਅਬਾਊਟ ਨਿਊਟ੍ਰੀਸ਼ਨ, ਮੈਡੀਸਿਨ ਮੇ ਬੀ ਕਿਲਿੰਗ ਯੂ। ਦੇਖੋ, ਨਿਊਟ੍ਰੀਸ਼ਨ ਦੀ ਜਾਣਕਾਰੀ ਸਾਨੂੰ ਲੈਣੀ ਪੈਣੀ ਆ, ਆਪਣੀ ਸਿਹਤ ਦੀ ਜਾਣਕਾਰੀ ਸਾਨੂੰ ਲੈਣੀ ਪੈਣੀ ਆ। ਡਾਕਟਰ ਸਿਰਫ ਇੰਨਾ ਦੱਸ ਸਕਦੇ ਕਿ ਤੁਹਾਨੂੰ ਆਹ ਪ੍ਰੋਬਲਮ ਆ, ਆਹ ਬਿਮਾਰੀ ਆ ਔਰ ਇਹਦੇ ਲਈ ਆਹ ਵਾਲਾ ਡਰੱਗ ਯੂਜ਼ ਕਰਨਾ ਹੈ। ਔਰ ਇਹਦੇ ਉੱਤੇ ਕਲੀਅਰਲੀ ਕਿਹਾ ਕਿ ਮੇ ਬੀ ਕਿਲਿੰਗ ਯੂ, ਡਾਕਟਰ ਹੀ ਤੁਹਾਨੂੰ ਖਤਮ ਕਰ ਰਿਹਾ, ਮਾਰ ਰਿਹਾ ਅਗਰ ਉਹ ਨਿਊਟ੍ਰੀਸ਼ਨ ਬਾਰੇ ਤੁਹਾਨੂੰ ਨਹੀਂ ਦੱਸਦਾ ਔਰ ਨਹੀਂ ਜਾਣਦਾ। ਪਾਣੀ ਦੇ ਹਾਲਾਤ ਆਪਾਂ ਜਾਣਦੇ ਹਾਂ, ਖਾਣੇ ਦੇ ਹਾਲਾਤ ਆਪਾਂ ਜਾਣਦੇ ਹਾਂ ਔਰ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਸਪਰੇਆਂ ਪਾਈਆਂ ਜਾਂਦੀਆਂ, ਜਿੱਥੇ ਕਿ 0.2 ਹੋਣਾ ਚਾਹੀਦਾ, 178, ਮਤਲਬ ਲਗਭਗ 400 ਗੁਣਾ ਜ਼ਿਆਦਾ ਸਪਰੇ ਪੈ ਰਹੀ ਹੈ। ਇਹ ਸਭ ਕੁਛ ਡੇਲੀ ਲਾਈਫ ਦੇ ਵਿੱਚ ਆਉਂਦਾ ਹੈ ਤੇ ਅਸੀਂ ਸਾਰਾ ਕੁਛ ਦੇਖਦੇ ਹਾਂ ਜੋ ਹਾਲਾਤ ਨੇ ਅੱਜ ਖਾਣੇ ਦੇ। ਬਹੁਤ ਸਾਰੀਆਂ ਕਮੀਆਂ ਦੇ ਨਾਲ ਬਿਮਾਰੀਆਂ ਹੁੰਦੀਆਂ ਨੇ, ਦਵਾਈਆਂ ਬੇਅਸਰ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਆਲਰੇਡੀ ਬੈਨ ਹੋਣ ਦੇ ਬਾਵਜੂਦ ਵੀ ਮਾਰਕੀਟ 'ਚ ਚੱਲ ਰਹੀਆਂ ਨੇ। ਇਨਸਾਨ ਡਾਕਟਰ ਕੋਲ ਜਾਂਦਾ ਹੈ, ਲਿਖਵਾਉਂਦਾ ਹੈ, ਡਾਕਟਰ ਲਿਖਦਾ ਹੈ, ਕੈਮਿਸਟ ਵੇਚਦਾ ਹੈ, ਚਾਹੇ ਉਹ ਬੈਨ ਨੇ ਬਟ ਸਾਰਾ ਕੁਛ ਅੰਦਰੋਂ ਅੰਦਰ ਹੀ ਚੱਲ ਰਿਹਾ। ਔਰ ਇੱਕ ਦਵਾਈ ਜਿਹੜੀ ਪੇਨ ਕਿਲਰ ਦਾ ਕੰਮ ਕਰਦੀ ਹੈ, ਥੋੜ੍ਹੀ ਦਰਦ ਨੂੰ ਰਾਹਤ ਦੇਗੀ, ਨਾਲ ਦੀ ਨਾਲ ਫੀਵਰ ਨੂੰ ਘਟਾਏਗੀ, ਪਰ ਉਹ ਵੱਡੇ ਲੈਵਲ ਤੇ ਲੀਵਰ ਨੂੰ ਖਰਾਬ ਕਰ ਰਹੀ ਹੁੰਦੀ ਹੈ। ਅਸੀਂ
उस प्रॉब्लम बारे नहीं जानते जी आने वाले टाइम होने वाली होंगी। सैवन स्टेजिज ऑफ लाइफ, सत स्टेजिज ने जी जिंदगी दियाँ अज के टाइम से जो बन चुकिया ने। जिसों पहली स्टेज है डाइट खुराक। साड़ी खुराक अगर वधिया होएगी तो इंसान की सेहत ऑटोमेटिक वधिया हो जाएगी। बट जी मेन प्रॉब्लम आ रही है वह इतने आ रही है कि साड़ी डाइट साड़ी खुराक ही वधिया नहीं है। तुसी हर एक इंसान अज ये मानता है कि असं जो भी खा रहे हैं वह खुराक वधिया खुराक नहीं हैगी, उहदे पौष्टिक तत्तां की कमी हैगी है। अगर पौष्टिक तत्तां की कमी साड़ी खुराक दे विच हैगी है तो असी खुराक क्यों खा रहे हैं? ताकि साड़ा शरीर वधिया रहे। अगर डाइट दे विच ही कमी हैगी है तो इंसान के शरीर दे विच भी पौष्टिक तत्तां की कमी आ जाती है। उस तो बाद नॉर्मली असी छोटी छोटी प्रॉब्लम लई डॉक्टर कोल जाना शुरू करते हैं और डॉक्टर सानू की दिंदा है कुछ ना कुछ दवाई दे दिंदा है। कोई एनर्जी की गोली दे देगा, कोई विटामिन दी दे देगा, जां कोई दर्द की दवाई दे देगा। तो नाल दी नाल डॉक्टर सानू ये कहिंदा जी चंगी खुराक खाओ। शुरुआती टाइम दे विच डॉक्टर सानू ये जरूर कहिंदा कि चंगी खुराक खाया करो, आ ना करिया करो, आ करिया करो। बट असीं वो कोई भी गल नहीं मानते, सारा कुछ दवाई के उपर छड़ दिंदे आ। एक दवाई जरूर खानी शुरू कर दिंदे आ, नाल दी नाल की हुंदा है कि समझदे आ कि बस हुण सब ठीक है, सानू पता तो लगता नहीं कि प्रॉब्लम हैगी है, बट वो हुंदी है। जिद्दां ही दवाई खत्म हुंदी है असीं फिर दोबारा डॉक्टर को जाने आ। चंगी खुराक लई क्या हुंदा, असीं उहनूं नहीं खांदे, नहीं समझदे। बार बार असीं डॉक्टर को जाने आ दवाई लैण ते बार बार साडे दिमाग च यही चलदा हुंदा वी हुण सानू प्रॉब्लम बार बार ते आ रही है। डॉक्टर साहब पता लगाओ कि सानू किहड़ी बीमारी है, हालांकि बीमारी कोई भी नहीं हुंदी, पर असीं बड़े ज्यादा क्यूरियस होंगे, बड़े ज्यादा वो होंगे कि सानू पता तो लगे सानू केड़ी बीमारी हो गई है। सानू बहुत काली होंगी है, सानू पता लगे केड़ी बीमारी हो गई है। अगर बार बार असी डॉक्टर की दवाई खाई जावे तो बार बार डॉक्टर नू कही जावे डॉक्टर साहब पता करो की प्रॉब्लम है, पता करो की प्रॉब्लम है, इलाज आप कर लवेंगे। तो फिर होंदा की है, डॉक्टर की जो दवाई लगातार चलती रही और वह जी कमी शरीर के आई होंगी लगातार बनी रही है, वह कोई ना कोई बीमारी का एक रूप धारण कर लेंदी है। तो उस तो बाद आती है जी डिसीज, जदों के बीमारी का नाम पता लगता है। और कई बार लोग तो बहुत खुश होंगे ने कि चलो शुक्र है बीमारी का नाम तो पता लग गया, हुण आपां इहदा इलाज भी कर लवेंगे। तो बीमारी का नाम पता लगना का मतलब की है कि डॉक्टर नूं भी हुण डॉक्टर भी टेंशन फ्री है, वह भी तुहानूं कह देगा जी तुहाडी शरीर दे विच आ वाली प्रॉब्लम आ चुकी है, तो तुसीं भी दिमागी तौर पर फिर दुबारा तैयार हो चुके हो कि सारी जिंदगी दवाई खाण लई तुसी तैयार हो। कोई भी बीमारी होगी उस तो बाद की है तुहाडे दिमाग च चल रहा, डॉक्टर ने भी यही कहना है कि हुण जी तुहानूं आ बीमारी है तो सारी जिंदगी दवाई तो खानी पैनी है। चंगी सेहत तो चंगी खुराक जरूरी है, पर असीं उह चीज़ां नूं बहुत पिछे छड़ चुके हैं। हुण साडी डिपेंडेंसी ही सिर्फ दवाइयां ते रह गई, और दवाइया की होंदियां ने, ड्रग ही होंदियां ने जो तुहाडे दिमाग दियां ने कुछ नाड़ियां सुन करनगियां ते तुहाडे लीवर दे कुछ इदां दे इफेक्ट करनगियां कि जिहड़ी जिहड़े अलार्म तुहाडे शरीर दे लगे होए सी, जिहड़े तुहानूं दसदे सी कि तुहाडे शरीर च कोई गड़बड़ है, जदों तुसीं दवाइयां खाओगे वह दसना भी बंद कर देणगे ते तुसीं फिर दवाइयां वाली जिंदगी शुरू कर दोगे। ते उस तो बाद दा रस्ता जी पता है सानूं सारिआं नूं कि डैथ वल जांदा है। दाह संस्कार समय दवाइयां दा सुट्टणा नाल सुटना वह यही दर्शाता है कि एक इंसान जो कोई बीमारी लग जाती है और डॉक्टर के रास्ते पै जाता है तो फिर वह सारी जिंदगी दवाई खाता है, तो दवाई खत्म नहीं होंगी, इंसान खत्म हो जाता है, ताइयों दवाइया इंसान के नाल सुटिया जा। सो यह एक सर्कल बन चुका, ये एक सत्त डी ने जो साड़ी जिंदगी दे विच ने। जे पहली डी नूं देखा जाए तो डाइट खुराक सी, अगर असी पहली दो ते भी ठीक कर लेंगे तो तीजी ते भी समझ लेंगे तो जिंदगी साड़ी वधिया हो सकती है, पर जे असी नहीं समझते तो लास्ट वाली स्टेज पर फिर उही है। पर फिर भी मैं कहूँगा कि किसी नूं जदों भी समझ आती है आप डाइट वाल, आप खुराक वाल, आप पौष्टिक तत्तों वाल नूं जरूर जाइए। अगर छेवीं स्टेज पर, पंजवीं स्टेज पर, चौथी स्टेज पर भी असी है तो असी इस चीज़ नूं समझिए ताकि अपने आप नूं उस स्टेज तो अगे जाण तो बचा सकीए। कॉमन प्रॉब्लम ने जो साड़ी बॉडीज़ दे विच आ रही ने, मैं पंजाबी दे विच ही डिस्कस करांगा। कॉमन प्रॉब्लम की ने, चाहे कोई सेहतमंद, चाहे किसी नूं बीमारी का पता लग चुका है, चाहे किसी नूं बीमारी का नहीं पता लग चुका, ये प्रॉब्लम्स कॉमन ने। ये डाइट की प्रॉब्लम है और डेफिशेंसी करके ही होंगी रे। ये की चीजा आदि ने, पहली चीज आती कब्ज। लोगों कब्ज की बहुत दिक्कत है,
ਸਵੇਰੇ ਉੱਠ ਕੇ ਫਰੈਸ਼ ਹੋਣਾ ਹੀ ਉਹਨਾਂ ਲਈ ਬਹੁਤ ਵੱਡਾ ਟਾਸਕ ਹੁੰਦਾ ਹੈ। ਕਈ ਲੋਕਾਂ ਦਾ ਅੱਧਾ ਦਿਨ ਇਸ ਚੀਜ਼ ਦੇ ਵਿੱਚ ਹੀ ਨਿਕਲ ਜਾਂਦਾ, ਔਰ ਕਈਆਂ ਨੂੰ ਤਾਂ ਪੂਰਾ ਪੂਰਾ ਦਿਨ ਵੀ ਪ੍ਰੋਬਲਮ ਚੱਲਦੀ ਰਹਿੰਦੀ ਆ, ਔਰ ਉਹਨਾਂ ਦਾ ਪੇਟ ਹੀ ਸਾਫ਼ ਨਹੀਂ ਹੁੰਦਾ। ਗੈਸ ਦੀ ਪ੍ਰੋਬਲਮ, ਕੁਛ ਵੀ ਖਾ ਲਿਆ ਗੈਸ ਬਣਨੀ ਸ਼ੁਰੂ ਹੋ ਗਈ। ਸਾਰਾ ਦਿਨ ਧਿਆਨ ਕਿੱਥੇ ਹੈ? ਬਸ ਸਰੀਰ ਦੇ ਅੰਦਰ ਹੀ, ਉਹ ਗੈਸ ਹੀ ਬੋਡੀ ਚ ਘੁੰਮਦੀ ਰਹਿੰਦੀ ਆ ਤੇ ਕਈ ਪ੍ਰੋਬਲਮਾਂ ਦਾ ਕਾਰਨ ਬਣਦੀ ਹੈ। ਤੇਜ਼ਾਬ ਬਹੁਤ ਬਣਦਾ ਜੀ ਲੋਕਾਂ ਦੇ, ਕੁਛ ਵੀ ਥੋੜਾ ਬਹੁਤ ਖਾ ਲਿਆ ਤੇਜ਼ਾਬ ਐਸਿਡ ਬਣਨਾ ਸ਼ੁਰੂ ਹੋ ਗਿਆ। ਫਿਰ ਹੌਲੀ ਹੌਲੀ ਫੂਡ ਪਾਈਪ ਦੇ ਵਿੱਚ ਛਾਲੇ ਹੋਣਾ, ਪੇਟ ਵਿੱਚ ਪਾਣੀ ਜਮ੍ਹਾਂ ਹੋਣਾ, ਪੇਟ 'ਚ ਜਲਣ ਹੋਣਾ, ਹਾਰਟ ਬਰਨ ਜਿਹਨੂੰ ਕਹਿੰਦੇ ਆ, ਸਾਰਾ ਦਿਨ ਸੁਭਾਅ ਚਿੜਚਿੜਾ ਰਹਿਣਾ। ਬਵਾਸੀਰ ਵੀ ਇੱਕ ਪਾਚਨ ਸਮੱਸਿਆ ਹੀ ਹੈ ਜੋ ਅੱਗੇ ਜਾ ਕੇ ਬਣਦੀ ਹੈ। ਸਿਰ ਦਰਦ ਰਹਿਣਾ, ਭੁੱਖ ਨਾ ਲੱਗਣਾ ਜਾਂ ਭੁੱਖ ਦਾ ਜ਼ਿਆਦਾ ਲੱਗਣਾ, ਇਹ ਸਾਰੀਆਂ ਪ੍ਰੋਬਲਮ ਪਾਚਨ ਸਮੱਸਿਆਵਾਂ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਅੱਜ ਕੱਲ੍ਹ ਚੱਲ ਰਹੀਆਂ ਨੇ, ਪਰ ਇਹ ਕੋਈ ਬਿਮਾਰੀ ਦਾ ਨਾਮ ਹਾਲੇ ਤੱਕ ਧਾਰਨ ਨਹੀਂ ਕਰ ਚੁੱਕੀਆਂ ਹੁੰਦੀਆਂ। ਤਾਂ ਕਰਕੇ ਅਸੀਂ ਛੋਟੀ ਮੋਟੀ ਦਵਾਈ ਖਾ ਕੇ ਸਾਰ ਲੈਂਦੇ ਹਾਂ ਜਾਂ ਇਹਨੂੰ ਇਗਨੋਰ ਕਰਦੇ ਹਾਂ ਕਿ ਕੋਈ ਗੱਲ ਨਹੀਂ, ਇਹ ਤਾਂ ਸਾਰਿਆਂ ਨੂੰ ਥੋੜ੍ਹੀ ਬਹੁਤੀ ਰਹਿੰਦੀ ਹੈ, ਪਰ ਇਹੀ ਸਮੱਸਿਆਵਾਂ ਅੱਗੇ ਜਾ ਕੇ ਸਾਡੀ ਜ਼ਿੰਦਗੀ ਲਈ ਘਾਤਕ ਸਾਬਿਤ ਹੁੰਦੀਆਂ। ਸਰੀਰਕ ਕਮਜ਼ੋਰੀ ਜਿਹਨੂੰ ਆਪਾਂ ਫਿਜ਼ੀਕਲ ਵੀਕਨੈਸ ਵੀ ਕਹਿੰਦੇ ਹਾਂ, ਕਈ ਤਰ੍ਹਾਂ ਦੀ ਵੀਕਨੈਸ ਹੁੰਦੀ ਹੈ ਜੋ ਸਾਡੇ ਸਰੀਰ 'ਚ ਆ ਜਾਂਦੀ ਹੈ। ਲੱਤਾਂ ਪੈਰਾਂ ਬਾਹਾਂ 'ਚ ਦਰਦ ਰਹਿਣਾ, ਜ਼ੋਰ ਦਰਦ ਕਰਦੇ ਰਹਿਣੇ, ਥੱਕਿਆ ਥੱਕਿਆ ਮਹਿਸੂਸ ਕਰਨਾ, ਕਿਸੇ ਕੰਮ ਨੂੰ ਕਰਨ ਦਾ ਦਿਲ ਹੀ ਨਾ ਕਰਨਾ, ਲੇਟੇ ਰਹਿਣਾ। ਅੱਜ ਬਹਿਣਾ ਵੀ ਕਈ ਲੋਕਾਂ ਲਈ ਮੁਸ਼ਕਿਲ ਹੈ, ਉਹ ਕਹਿੰਦੇ ਨਹੀਂ ਮੈਂ ਬਹਿਣਾ ਨਹੀਂ, ਮੈਂ ਤਾਂ ਲੰਮਾ ਹੀ ਬਹਿਣਾ। ਬਾਰ ਬਾਰ ਬਿਮਾਰ ਪੈਣਾ, ਥੋੜੇ ਦਿਨਾਂ ਬਾਅਦ ਫਿਰ ਦੁਬਾਰਾ ਡਾਕਟਰ ਕੋਲ ਜਾਂਦੇ ਰਹਿਣਾ, ਡਾਕਟਰ ਨੂੰ ਵੀ ਆਪਾਂ ਪੱਕੇ ਮਰੀਜ਼ ਬਣ ਚੁੱਕੇ ਹੁੰਦੇ, ਉਹਨੂੰ ਵੀ ਪਤਾ ਇਹਨੇ ਤੀਜੇ ਚੌਥੇ 3 ਦਿਨ ਦੀ ਖੁਰਾਕ ਦੇਣ ਤੋਂ ਬਾਅਦ ਤੀਜੇ ਚੌਥੇ ਦਿਨ ਫਿਰ ਦੁਬਾਰਾ ਆ ਜਾਣਾ, ਠੀਕ ਹੈ। ਬਹੁਤ ਜਲਦੀ ਘਬਰਾ ਜਾਣਾ, ਕੋਈ ਵੀ ਗੱਲਬਾਤ ਸੁਣਨੀ, ਕੁਛ ਹੋਣਾ ਆਲੇ ਦੁਆਲੇ, ਬਹੁਤ ਜਲਦੀ ਘਬਰਾ ਜਾਣਾ। ਦਿਮਾਗੀ ਤੌਰ ਤੇ ਕਮਜ਼ੋਰ ਹੁੰਦੇ ਰਹਿਣਾ, ਉਦਾਸ ਰਹਿਣਾ। ਬਹੁਤ ਸਾਰੇ ਲੋਕ ਖੁਸ਼ ਹੀ ਨਹੀਂ ਹੁੰਦੇ, ਉਹਨਾਂ ਨੂੰ ਉਹ ਉਦਾਸ ਹੀ ਰਹਿੰਦੇ ਨੇ, ਉਹ ਵੀ ਇੱਕ ਕਮਜ਼ੋਰੀ ਹੈ। ਅੱਖਾਂ ਦਰਦ ਹੋਣੀਆਂ, ਅੱਖਾਂ ਖੋਲਣ ਨੂੰ ਦਿਲ ਨਾ ਕਰਨਾ, ਵਾਲਾਂ ਦਾ ਕਮਜ਼ੋਰ ਹੋਣਾ, ਵਾਲ ਟੁੱਟਣੇ, ਵਾਲ ਝੜਨੇ, ਵਾਲਾਂ ਦਾ ਜਲਦੀ ਸਫੇਦ ਹੋਣਾ, ਦੰਦ ਦਰਦ, ਦਾੜਾਂ ਦਰਦ, ਜਾਂ ਕਹਿ ਲਓ ਜਲਦੀ ਬੁਢਾਪਾ ਆਉਣਾ। ਕਿ ਇੱਕ ਉਮਰ ਤਾਂ ਇੱਕ ਇਨਸਾਨ ਦੀ 25 ਸਾਲ ਦੀ ਹੈ, ਪਰ ਉਹ ਦੇਖਣ ਤੋਂ ਕਈ ਵਾਰ 40 ਸਾਲ ਦਾ ਲੱਗਦਾ ਹੈ। ਇਹ ਕੀ ਹੈ? ਇੱਕ ਸਰੀਰਕ ਕਮਜ਼ੋਰੀਆਂ, ਕਮੀਆਂ ਹੋਣਾ, ਡੈਫੀਸ਼ੈਂਸੀਜ਼ ਆਪਾਂ ਕਹਿੰਦੇ, ਖੂਨ ਦੀ ਕਮੀ ਹੋ ਗਈ, ਕਿਸੇ 'ਚ ਯਾਦਦਾਸ਼ਤ ਦੀ ਕਮੀ ਹੈ। ਬਹੁਤ ਘੱਟ ਉਮਰ 'ਚ ਬਿਮਾਰੀ ਕੋਈ ਨਹੀਂ ਹੈ, ਪਰ ਖੂਨ ਦੀ ਕਮੀ, ਖੂਨ ਨਹੀਂ ਬਣਦਾ, ਯਾਦਦਾਸ਼ਤ ਨਹੀਂ ਹੈਗੀ, ਯਾਦ ਨਹੀਂ ਰਹਿੰਦਾ, ਸ਼ੁਕਰਾਣੂਆਂ ਦੀ ਕਮੀ, ਸਪਰਮ ਕਾਊਂਟਿੰਗ ਘੱਟ ਹੋਣਾ, ਮਾਹਵਾਰੀ ਸਮੇਂ ਸਿਰ ਨਾ ਆਉਣਾ, ਫੀਮੇਲਸ ਦੇ ਵਿੱਚ ਪੀਰੀਅਡ ਟਾਈਮ ਨਾਲ ਨਾ ਆਉਣਾ, ਜਾਂ ਜ਼ਿਆਦਾ ਪੇਨ ਕਰਨੀ ਆ, ਜਾਂ ਕਦੇ ਜਲਦੀ ਆ ਜਾਣਾ ਜਾਂ ਲੇਟ ਆਉਣਾ, ਵਾਲਾਂ ਦਾ ਟੁੱਟਣਾ, ਸਾਹ ਦੀ ਕਮੀ, ਸਾਹ ਚੜ੍ਹਨਾ, ਬੁੱਲ ਸੁੱਕਣੇ, ਇਹ ਸਾਰੀ ਦੀ ਸਾਰੀਆਂ ਕੀ ਹੈ? ਕਮੀਆਂ ਨੇ ਸਰੀਰ ਦੇ ਵਿੱਚ, ਕੋਈ ਬਿਮਾਰੀਆਂ ਨਹੀਂ ਹੈਗੀਆਂ। ਹੁਣ ਆਪਾਂ ਅਗਰ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਸਮਝਦੇ ਹਾਂ, ਤੇ ਆਪਾਂ ਨੂੰ ਇਹ ਅੰਡਰਸਟੈਂਡ ਕਰਨਾ ਕਹਿਣਾ ਕਿ ਆਪਣਾ ਪਹਿਲਾ ਦੂਜਾ ਡੀ ਕਿਹੜੇ ਸੀਗੇ? ਇੱਕ ਤੇ ਡਾਇਟ, ਦੂਜਾ ਡੈਫੀਸ਼ੀਐਂਸੀ। ਆਪਾਂ ਇਹਨਾਂ ਨੂੰ ਅਗਰ ਇੱਥੇ ਹੀ ਖਤਮ ਕਰਨਾ ਚਾਹੀਏ ਤੇ ਆਪਣੇ ਲਈ ਜ਼ਿਆਦਾ ਆਸਾਨ ਹੋਏਗਾ। ਨਾ ਡਾਕਟਰ ਦੀਆਂ ਪਰਚੀਆਂ, ਨਾ ਵੱਡੇ ਵੱਡੇ ਬਿੱਲ, ਨਾ ਵੱਡੀਆਂ ਵੱਡੀਆਂ ਹੈਲਥ ਇੰਸ਼ੋਰੈਂਸਾਂ, ਇਹ ਚੀਜ਼ਾਂ ਕਰਨ ਦੀ ਜ਼ਰੂਰਤ ਸਾਨੂੰ ਨਹੀਂ ਪਏਗੀ ਅਗਰ ਅਸੀਂ ਇਹਨੂੰ ਇੱਥੇ ਹੀ ਸਮਝ ਲਈਏ। ਹੁਣ ਅਸੀਂ ਇਹ ਵੀ ਸਮਝੀਏ ਕਿ ਪਹਿਲਾਂ ਇਹ ਪ੍ਰੋਬਲਮਾਂ ਕਿਉਂ ਨਹੀਂ ਹੁੰਦੀਆਂ ਸੀ, ਕਿਉਂਕਿ ਪਹਿਲਾਂ ਲੋਕਾਂ ਦਾ ਖਾਣਾ ਵੀ ਵਧੀਆ ਸੀ, ਔਰ ਲੋਕ ਚੀਜ਼ਾਂ ਬਦਲ ਬਦਲ ਕੇ ਖਾਂਦੇ ਸੀ, ਔਰ ਕਾਫੀ ਚੀਜ਼ਾਂ ਹੁੰਦੀਆਂ ਸੀ ਜੋ ਖਾਂਦੇ ਸੀ ਜੋ ਕਿ ਅੱਜ ਅਸੀਂ ਨਹੀਂ ਖਾਂਦੇ। ਅੱਜ ਵੀ ਅਸੀਂ ਕਾਫੀ ਚੀਜ਼ਾਂ ਖਾਂਦੇ ਹਾਂ, ਪਰ ਅੱਜ ਅਸੀਂ ਫਾਸਟ ਫੂਡ ਦੀਆਂ ਖਾਂਦੇ ਹਾਂ ਜੋ ਸਾਡੇ ਫਾਇਦੇ ਲਈ ਨਹੀਂ ਹੁੰਦੀਆਂ। ਪਹਿਲੇ ਲੋਕ ਕੋਈ ਸ਼ਰਦਾਈ, ਕੋਈ ਬਦਾਮ, ਕੋਈ ਕਾਜੂ, ਕੋਈ ਡਰਾਈ ਫਰੂਟ, ਕਈ ਤਰ੍ਹਾਂ ਦੇ ਹੁੰਦੇ ਸੀ। ਕੋਈ ਮਨੱਕਾ ਖਾਂਦਾ, ਕੋਈ ਸੌਗੀ ਖਾਂਦਾ, ਕੋਈ ਇਲਾਚੀ ਖਾਂਦਾ, ਕੋਈ ਲੌਂਗ ਖਾਂਦਾ, ਕੋਈ ਕਿਸੇ ਕੋਈ ਮਸਾਲਾ ਉਦਾਂ ਹੀ ਖਾ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਜਿਹਨਾਂ ਕਰਕੇ ਉਹਨਾਂ ਦੇ ਸਰੀਰ ਦੀਆਂ ਕਮੀਆਂ ਨਹੀਂ ਸੀ ਹੁੰਦੀਆਂ, ਔਰ ਕੁਛ ਨਾ ਕੁਛ ਖਾਂਦੇ ਰਹਿੰਦੇ ਸੀ। ਪਰ ਅੱਜ ਦੇ ਟਾਈਮ ਤੇ ਅਸੀਂ ਪੜ੍ਹੇ ਲਿਖੇ ਜ਼ਿਆਦਾ ਹੋ ਗਏ, ਔਰ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ ਉਹ ਚੀਜ਼ਾਂ ਤਾਂ ਰਹੀਆਂ ਨਹੀਂ ਜੋ ਸਾਡੀ ਇੱਕ ਟਾਈਮ ਤੇ ਜ਼ਰੂਰਤ ਹੁੰਦੀਆਂ ਸੀ। ਅੱਜ ਅਸੀਂ ਉਹੀ ਚੀਜ਼ਾਂ ਪੜ੍ਹਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਲਈ ਸਿਹਤਮੰਦ ਨਹੀਂ ਹੈਗੀਆਂ, ਔਰ ਸਾਡੇ ਆਲੇ ਦੁਆਲੇ ਜਦੋਂ ਵੀ ਕਿਤੇ ਮਸ਼ਹੂਰੀ ਦੇਖਦੀ ਹੈ, ਜਦੋਂ ਵੀ ਕਿਤੇ ਕੋਈ ਵੀ ਜਗ੍ਹਾ ਜਾਂਦੇ ਹਾਂ ਤੇ ਸਾਨੂੰ ਇਹ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਫਾਸਟ ਫੂਡ ਨਹੀਂ ਖਾ ਰਹੇ ਤੇ ਤੁਸੀਂ ਸ਼ਾਇਦ ਕੁਛ ਵੀ ਨਹੀਂ ਖਾ ਰਹੇ। ਉਹ TV ਰਾਹੀਂ ਹੋ ਸਕਦਾ, ਉਹ ਯੂਟਿਊਬ ਰਾਹੀਂ ਹੋ ਸਕਦਾ, ਕਿਸੇ ਵੀ। ਸੋ ਇੱਕ ਮਾਹੌਲ ਹੀ ਏਦਾਂ ਦਾ ਬਣ ਚੁੱਕਾ ਹੈ ਕਿ ਦੂਸਰੀਆਂ ਕੰਪਨੀਆਂ ਇਹੀ ਤੁਹਾਨੂੰ ਦਿਖਾ ਰਹੀਆਂ ਕਿ ਤੁਸੀਂ ਕੁਛ ਵੀ ਚੰਗਾ ਨਹੀਂ ਖਾ ਰਹੇ। ਤੁਸੀਂ ਸੋਸ਼ਲੀ ਏਦਾਂ ਫੀਲ ਕਰਦੇ ਹੋ ਕਿ ਸ਼ਾਇਦ ਤੁਸੀਂ ਅਗਰ ਫਾਸਟ ਫੂਡ ਨਹੀਂ ਖਾ ਰਹੇ ਤਾਂ ਤੁਸੀਂ ਬਿਲਕੁਲ ਆਊਟਡੇਟਡ ਹੋ, ਔਰ ਜਿਹੜੇ ਖਾ ਰਹੇ ਨੇ ਉਹ ਜ਼ਿਆਦਾ ਅਪਡੇਟਡ ਨੇ, ਜਦਕਿ ਏਦਾਂ ਦਾ ਕੁਛ ਵੀ ਨਹੀਂ। ਹੁਣ ਇਸ ਤੋਂ ਇਲਾਵਾ ਕੁਛ ਪ੍ਰੋਬਲਮਸ ਹੋਰ ਵੀ ਨੇ ਅੱਜ ਦੇ ਟਾਈਮ ਤੇ। ਬਹੁਤ ਜ਼ਿਆਦਾ ਪਤਲੇ ਹੋਣਾ, ਕਈ ਲੋਕ ਨੇ ਉਹ ਉਹਨਾਂ ਦੀ ਸਿਹਤ ਨਹੀਂ ਬਣਦੀ, ਕਈ ਲੋਕਾਂ ਦੀ ਸਿਹਤ ਹੀ ਬਣੀ ਜਾਂਦੀ ਹੈ। ਉਹ ਇੰਨੇ ਜ਼ਿਆਦਾ ਮੋਟੇ ਹੋ ਚੁੱਕੇ ਨੇ, ਖੁਦ ਵੀ ਪਰੇਸ਼ਾਨ ਨੇ, ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਨੇ।
ਬਹਿਣ ਲਈ ਉਹਨਾਂ ਨੂੰ ਸੀਟ ਵੀ ਅਲੱਗ ਚਾਹੀਦੀ ਹੈ, ਪਾਉਣ ਲਈ ਉਹਨਾਂ ਦੇ ਕੱਪੜਿਆਂ ਦਾ ਸਾਈਜ਼ ਵੀ ਅਲੱਗ ਚਾਹੀਦਾ। ਯਾਨੀ ਕਿ ਹਰ ਜਗ੍ਹਾ ਤੇ ਉਹ ਪਰੇਸ਼ਾਨ ਨੇ, ਔਰ ਉਹਨਾਂ ਨੂੰ ਬਹੁਤ ਜ਼ਿਆਦਾ ਸ਼ਰਮ ਵੀ ਫੀਲ ਹੁੰਦੀ ਹੈ ਜਦੋਂ ਵੀ ਕਿਤੇ ਜਾਂਦੇ ਨੇ, ਤੇ ਉਹ ਕੌਨਫੀਡੈਂਸ ਲੈਵਲ ਜਿਹੜਾ ਉਹਨਾਂ ਦਾ ਬੜਾ ਘੱਟ ਜਾਂਦਾ ਹੈ। ਖੂਨ ਦਾ ਗਾੜਾ ਹੋਣਾ ਜਿਹੜਾ ਕਿ ਅੱਗੇ ਜਾ ਕੇ ਦਿਲ ਦੀਆਂ ਬਿਮਾਰੀਆਂ, ਦਿਮਾਗ ਦੀਆਂ ਰੋਗਾਂ ਨੂੰ ਆਪਣੇ ਜਿਹੜਾ ਹੈ ਆਮੰਤਰਣ ਕਰਦਾ ਹੈ। ਚਮੜੀ ਦੇ ਰੋਗ ਹੋਣਾ, ਚਮੜੀ ਦਾ ਰੰਗ ਚੇਂਜ ਹੁੰਦਾ ਰਹਿੰਦਾ ਹੈ, ਨੀਂਦ ਨਹੀਂ ਆਉਂਦੀ ਬਹੁਤ ਸਾਰੇ ਲੋਕਾਂ ਨੂੰ, ਮੂਡ ਸਵਿੰਗਸ, ਮਨ ਬਦਲਣਾ, ਹੁਣੇ ਜੇ ਮਨ ਠੀਕ ਹੈ ਥੋੜੀ ਦੇਰ ਬਾਅਦ ਮਨ ਹੋਰ ਹੋ ਗਿਆ, ਕੋਈ ਕੰਮ ਕਰਨ ਦਾ ਮੂਡ ਬਣਾਇਆ ਫਿਰ ਦੁਬਾਰਾ ਬਦਲ ਗਿਆ, ਹੱਥ ਪੈਰ ਠੰਡੇ ਪੈਣਾ, ਸੁੰਨ ਹੋਣਾ, ਬੁੱਲ ਕਾਲੇ ਹੋਣਾ, ਠੀਕ ਹੈ, ਅੱਖਾਂ ਦੇ ਥੱਲੇ ਘੇਰੇ ਹੋਣਾ, ਇਹ ਸਾਰੀਆਂ ਚੀਜ਼ਾਂ ਹੈ ਕੀ ਆ, ਕੋਈ ਵੀ ਬਿਮਾਰੀ ਦਾ ਨਾਮ ਨਹੀਂ ਆ, ਇਹ ਕਮੀਆਂ ਨੇ ਸਰੀਰ ਦੀਆਂ, ਔਰ ਜਿਹੜੀਆਂ ਕਿਤੇ ਨਾ ਕਿਤੇ ਡਾਇਟ ਦੀ ਵਜ੍ਹਾ ਨਾਲ ਹੁੰਦੀਆਂ। ਆਪਾਂ ਥੋੜਾ ਜਿਹਾ ਡਾਈਜੈਸਟਿਵ ਸਿਸਟਮ ਬਾਰੇ ਗੱਲ ਕਰਦੇ ਹਾਂ। ਪਹਿਲੀ ਸਲਾਈਡ ਦੇ ਵਿੱਚ ਤੁਸੀਂ ਦੇਖੋਗੇ ਤੇ ਵਧੀਆ ਡਾਈਜੈਸਟਿਵ ਸਿਸਟਮ ਹੈ, ਇੱਕ ਇਨਸਾਨ ਜੋ ਵੀ ਖਾਂਦਾ ਪੀਂਦਾ ਹੈ ਜਾਂ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਹੈ ਉਹਦੀ ਇਹ ਜਿਹੜੀ ਸਟਰਕਚਰ ਹੈ ਬਿਲਕੁਲ ਸਾਫ਼ ਹੁੰਦਾ ਹੈ, ਸਾਡੇ ਸਰੀਰ ਦੀਆਂ ਜਿਹੜੀਆਂ ਅੰਤੜੀਆਂ ਨੇ ਉਹ ਸਾਫ਼ ਹੁੰਦੀਆਂ ਨੇ, ਜੋ ਵੀ ਉਹ ਖਾਂਦੇ ਆ ਬੱਚੇ ਨੂੰ ਅਬਜ਼ੋਰਬ ਹੁੰਦਾ, ਬੱਚਾ ਬੜੀ ਜਲਦੀ ਗਰੋ ਕਰ ਰਿਹਾ ਹੁੰਦਾ, ਔਰ ਅਸੀਂ ਧਿਆਨ ਰੱਖ ਕੇ ਉਹਨੂੰ ਖਵਾਉਂਦੇ ਹਾਂ ਕਿ ਕੋਈ ਫਾਸਟ ਫੂਡ, ਕੋਈ ਕੇਕ, ਏਦਾਂ ਦੀਆਂ ਚੀਜ਼ਾਂ ਖਵਾਈਏ ਹੀ ਨਾ। ਬਟ ਜਦੋਂ ਸਾਨੂੰ ਲੱਗਦਾ ਕਿ ਬੱਚਾ ਵੱਡਾ ਹੋ ਗਿਆ ਤੇ ਅਸੀਂ ਫਿਰ ਉਹਨੂੰ ਵੀ ਉਸੇ ਰਾਹ ਪਾ ਲੈਂਦੇ ਹਾਂ, ਫਿਰ ਜਦੋਂ ਫਾਸਟ ਫੂਡ ਖਾਂਦੇ ਹਾਂ, ਬਾਹਰਲੀ ਹਵਾ 'ਚ ਜਾਂਦੇ ਹਾਂ, ਖਾਣਾ ਉਦਾਂ ਦਾ, ਸਾਡਾ ਪਾਣੀ ਉਦਾਂ ਦਾ, ਜਾਂ ਕੋਈ ਮੈਡੀਸਿਨ ਖਾਣ ਲੱਗ ਜਾਂਦੇ ਹਾਂ, ਉਸ ਤੋਂ ਬਾਅਦ ਕੀ ਹੁੰਦਾ ਹੈ, ਬਹੁਤ ਸਾਰੇ ਪਦਾਰਥ ਬੋਡੀ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦੇ ਨੇ, ਬੈਡ ਬੈਕਟੀਰੀਆ ਬਹੁਤ ਆ ਜਾਂਦੇ ਨੇ, ਔਰ ਇੱਕ ਲੇਅਰ ਬਣ ਜਾਂਦੀ ਹੈ ਕਿ ਉਸ ਤੋਂ ਬਾਅਦ ਅਸੀਂ ਜੋ ਮਰਜ਼ੀ ਖਾ ਲਈਏ ਉਹ ਸਾਡੇ ਸਰੀਰ ਨੂੰ ਲੱਗਣਾ ਹੀ ਨਹੀਂ ਹੈਗਾ। ਤੇ ਜੇ ਸਰੀਰ ਨੂੰ ਲੱਗਣਾ ਹੀ ਨਹੀਂ ਹੈਗਾ ਤੇ ਖਾਧਾ ਪੀਤਾ ਬਿਲਕੁਲ ਹੀ ਵੇਸਟ ਆ, ਉਹਦਾ ਸਰੀਰ ਨੂੰ ਕੋਈ ਫਾਇਦਾ ਹੀ ਨਹੀਂ ਮਿਲਣਾ, ਕਿਉਂਕਿ ਆਯੁਰਵੇਦਾ 'ਚ ਇੱਕ ਗੱਲ ਕਹੀ ਗਈ ਹੈ ਕਿ ਕਿੰਨਾ ਖਾਧਾ ਉਹ ਮੈਟਰ ਨਹੀਂ ਕਰਦਾ, ਕਿੰਨਾ ਬੋਡੀ ਨੇ ਪਚਾਇਆ ਉਹ ਜ਼ਿਆਦਾ ਮੈਟਰ ਕਰਦਾ। ਔਰ ਦੂਸਰੀ ਗੱਲ ਇਹ ਕਹੀ ਜਾਂਦੀ ਹੈ ਕਿ ਅਗਰ ਸਾਡਾ ਪੇਟ ਹੀ ਸਾਫ਼ ਨਹੀਂ ਹੈ ਤੇ 90-95% ਬਿਮਾਰੀਆਂ ਦਾ ਕਾਰਨ ਉਹੀ ਬਣਦਾ ਹੈ, ਅਗਰ ਦੇਖਿਆ ਜਾਵੇ ਤੇ 100% ਬਿਮਾਰੀਆਂ ਦਾ ਕਾਰਨ ਵੀ ਪੇਟ ਹੀ ਬਣਦਾ ਆ। ਅਗਰ ਪੇਟ ਹੀ ਨਹੀਂ ਸਾਫ਼ ਹੈਗਾ ਤੇ ਬਾਕੀ ਸਰੀਰ ਦੇ ਵਿੱਚ ਕੁਛ ਪਹੁੰਚੇਗਾ ਕਿੱਦਾਂ, ਔਰ ਸਰੀਰ ਦੇ ਬਾਕੀ ਅੰਗਾਂ ਤੱਕ ਉਹ ਨਿਊਟ੍ਰੀਸ਼ਨ ਹੀ ਨਹੀਂ ਪਹੁੰਚੇਗਾ ਤੇ ਉਹ ਕਿੱਥੋਂ ਕੰਮ ਕਰ ਪਾਉਣਗੇ। ਸੋ ਆਪਾਂ ਵੈਲਕਮ ਕਰਦੇ ਹਾਂ ਕੁਛ ਇੱਦਾਂ ਦੀਆਂ ਉਤਪਾਦ, ਇੱਦਾਂ ਦੇ ਪ੍ਰੋਡਕਟ, ਇੱਦਾਂ ਦੀਆਂ ਕੁਛ ਫਰੂਟਸ ਦੇ ਐਕਸਟ੍ਰੈਕਟ, ਫਰੂਟਸ ਦੇ ਜੂਸ ਦਾ, ਜਿਹੜੇ ਕਿ ਸਾਨੂੰ ਇਹ ਸਾਰੀਆਂ ਪ੍ਰੋਬਲਮ ਤੋਂ ਬਚਾ ਸਕਦੇ ਨੇ, ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਸਾਰੀਆਂ ਪ੍ਰੋਬਲਮਾਂ ਜੋ ਵੀ ਮੈਂ ਡਿਸਕਸ ਕੀਤੀਆਂ, ਮੈਂ ਪ੍ਰੋਬਲਮਾਂ ਹੀ ਕਹੂੰਗਾ, ਬਿਮਾਰੀਆਂ ਤਾਂ ਨਹੀਂ ਹੈਗੀਆਂ, ਔਰ ਉਹ ਪ੍ਰੋਬਲਮਾਂ ਹਰ ਇੱਕ ਬਿਮਾਰ ਇਨਸਾਨ ਨੂੰ ਵੀ ਹੈਗੀਆਂ ਨੇ, ਅਗਰ ਉਹਨਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਇਹ 4 ਡਰਿੰਕ ਜੀ ਸਾਡੇ ਸਾਹਮਣੇ ਆ, ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਲਗਾਤਾਰ ਯੂਜ਼ ਕਰਨਾ ਸ਼ੁਰੂ ਕਰ ਦਿਓ ਤੇ ਉਹ ਪ੍ਰੋਬਲਮਾਂ ਤੁਹਾਡੀਆਂ ਜਿਹੜੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ। ਔਰ ਲਗਾਤਾਰ ਯੂਜ਼ ਕਰਨ ਲਈ ਕਿਉਂ ਕਹੂੰਗਾ, ਕਿਉਂਕਿ ਰੋਟੀ ਵੀ ਤੁਸੀਂ ਲਗਾਤਾਰ ਖਾਂਦੇ ਹੋ, ਹਵਾ ਦੇ ਨਾਲ ਟੱਚ 'ਚ ਵੀ ਲਗਾਤਾਰ ਹੋ, ਪਾਣੀ ਵੀ ਉਦਾਂ ਦਾ ਆਪਾਂ ਲਗਾਤਾਰ ਪੀ ਰਹੇ ਹਾਂ, ਸਾਡੇ ਸਰੀਰ ਦੀਆਂ ਕਮੀਆਂ ਅਗਰ ਲਗਾਤਾਰ ਬਣੀਆਂ ਹੋਈਆਂ ਨੇ ਤੇ ਸਾਨੂੰ ਉਹਨਾਂ ਨੂੰ ਪੂਰਾ ਵੀ ਕਰ ਦੇਣਾ ਚਾਹੀਦਾ। ਇਹਨਾਂ ਨੂੰ ਆਪਾਂ ਪੂਰਕ ਕਹਿ ਸਕਦੇ ਹਾਂ, ਸਪਲੀਮੈਂਟ ਕਹਿ ਸਕਦੇ ਹਾਂ, ਕਿਉਂ ਕਹਿ ਸਕਦੇ ਕਿ ਜਿਹੜੀ ਚੀਜ਼ ਦੀ ਕਮੀ ਸਾਡੇ ਸਰੀਰ 'ਚ ਹੈਗੀ ਹੈ ਉਹਨੂੰ ਇਹ ਪੂਰਾ ਕਰ ਦਿੰਦੇ ਨੇ। ਜਿਹੜੀ ਗੰਦਗੀ ਬੋਡੀ ਦੇ ਵਿੱਚ ਸਾਡੀ ਰੋਜ਼ਮਰਰਾ 'ਚ ਜਾ ਰਹੀ ਆ ਉਹਨੂੰ ਇਹ ਨਾਲ ਦੀ ਨਾਲ ਸਾਫ਼ ਕਰ ਦਿੰਦੇ ਨੇ, ਕਿਉਂਕਿ ਇਹ ਦੋਨੋਂ ਚੀਜ਼ਾਂ ਜ਼ਰੂਰੀ ਨੇ ਬੋਡੀ ਦੀ ਸਫਾਈ ਤੇ ਬੋਡੀ ਦੀਆਂ ਕਮੀਆਂ ਨੂੰ ਪੂਰੇ ਕਰਦੇ ਰਹਿਣਾ। ਅਗਰ ਆਪਾਂ ਕਹਾਂਗੇ ਕਿ 1 ਮੰਥ ਯੂਜ ਕਰਕੇ ਸਾਡਾ ਸਰੀਰ ਫਿੱਟ ਰਹਿ ਜਾਵੇ ਤੇ ਇਹ ਪੋਸੀਬਲ ਨਹੀਂ ਹੈ ਕਿ 1 ਮੰਥ ਰੋਟੀ ਖਾਓ ਤੇ ਉਹ ਤੋਂ ਬਾਅਦ ਤੁਸੀਂ ਕਹੋ ਕਿ ਹੁਣ ਤਾਂ ਕੁਛ ਖਾਣਾ ਹੀ ਨਹੀਂ, ਹੁਣ ਤੇ ਸਾਹ ਹੀ ਨਹੀਂ ਲੈਣਾ ਤੇ ਅਸੀਂ ਫਿੱਟ ਰਹੀਏ। ਕੁਛ ਚੀਜ਼ਾਂ ਸਾਡੀ ਜ਼ਿੰਦਗੀ ਦੀ ਜ਼ਰੂਰਤ ਨੇ ਡੇਲੀ ਲਾਈਫ ਦੇ ਵਿੱਚ, ਅਗਰ ਅਸੀਂ ਆਪਣੇ ਸਰੀਰ ਤੋਂ ਰੋਜ਼ ਕੰਮ ਲੈਣਾ ਚਾਹੁੰਦੇ ਹਾਂ ਤੇ ਉਹਨੂੰ ਖੁਰਾਕ ਵੀ ਰੋਜ਼ ਹੀ ਦੇਣੀ ਪਏਗੀ। ਗੱਡੀ ਚਾਹੇ ਤੁਸੀਂ BMW ਰੱਖ ਲਓ, ਚਾਹੇ ਔਡੀ ਰੱਖ ਲਓ, ਚਾਹੇ ਫਰਾਰੀ ਰੱਖ ਲਓ, ਬਿਨਾਂ ਪੈਟਰੋਲ ਡੀਜ਼ਲ ਤੋਂ ਉਹ ਨਹੀਂ ਚੱਲ ਸਕਦੀ, ਬਿਨਾਂ ਸਰਵਿਸ ਤੋਂ ਉਹ ਨਹੀਂ ਚੱਲ ਸਕਦੀ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ, ਆਪਾਂ ਇਹਨਾਂ ਨੂੰ ਸਮਝੀਏ ਇਹ 4 ਚੀਜ਼ਾਂ ਕੀ ਨੇ, ਮੈਂ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਦੱਸਦਾ। ਬਟ ਜ਼ਿਆਦਾਤਰ ਲੋਕਾਂ ਲਈ ਪ੍ਰੈਜੈਂਟੇਸ਼ਨ ਇੱਥੋਂ ਤੱਕ ਹੀ ਕਲੀਅਰ ਹੈ ਕਿ ਇਹ 4 ਚੋਂ ਕੋਈ ਵੀ ਤੁਸੀਂ ਅਗਰ ਆਪਣੇ ਸਰੀਰ ਦੇ ਵਿੱਚ ਡੇਲੀ ਲਾਈਫ ਦੇ ਵਿੱਚ ਲੈ ਕੇ ਜਾ ਰਹੇ ਹੋ, ਮਾਰਨਿੰਗ 30 ml, ਈਵਨ ਈਵਨਿੰਗ 30 ml, ਤਾਂ ਉਹ ਸਾਰੀਆਂ ਦੀਆਂ ਸਾਰੀਆਂ ਕਮੀਆਂ ਜੋ ਤੁਹਾਡੇ ਸਰੀਰ 'ਚ ਨੇ ਉਹ ਇਹ 4 ਡਰਿੰਕ ਇੰਨਾ ਮਾਦਾ ਰੱਖਦੀਆਂ ਨੇ ਕਿ ਉਹ ਪੂਰੀਆਂ ਹੋ ਜਾਣਗੀਆਂ। ਔਰ ਇਹ ਇੱਕ ਬ੍ਰਹਮਾਸਤਰ ਹੈ ਤੁਹਾਡੇ ਸਰੀਰ ਦੇ ਲਈ ਕਿ ਵਾਕਈ ਅਗਰ ਸਰੀਰ ਦੇ ਵਿੱਚ ਜਾ ਰਿਹਾ ਤੇ ਤੁਸੀਂ ਫੀਲ ਕਰੋਗੇ ਹਫਤੇ 10-15 ਦਿਨ ਦੇ ਅੰਦਰ ਹੀ ਕਿ ਤੁਸੀਂ ਦੁਬਾਰਾ ਜਵਾਨ ਹੋ ਰਹੇ ਹੋ। ਤੁਹਾਡੀ ਜਿੰਨੀ ਵੀ ਉਮਰ ਹੈ ਤੁਹਾਨੂੰ ਲੱਗੇਗਾ ਕਿ ਯਾਰ ਮੈਂ ਤਾਂ ਸ਼ਾਇਦ ਬਹੁਤ ਬੁੱਢਾ ਹੋ ਰਿਹਾ ਸੀ, ਔਰ ਹੁਣ ਮੈਨੂੰ ਉਹ ਚੀਜ਼ਾਂ ਦਾ ਅਹਿਸਾਸ ਹੋ ਰਿਹਾ ਕਿ ਹੁਣ ਮੈਂ ਜ਼ਿਆਦਾ ਜਵਾਨ ਹੋ ਰਿਹਾ, ਮੇਰੇ ਸਰੀਰ ਦੇ ਵਿੱਚ ਐਨਰਜੀ ਆ ਰਹੀ ਹੈ, ਮੇਰੇ ਸਰੀਰ ਦੇ ਵਿੱਚ
ਜਿਹੜੀਆਂ ਕਮੀਆਂ ਸੀ ਉਹ ਦੂਰ ਹੋ ਗਈਆਂ, ਮੇਰੇ ਸਰੀਰ 'ਚ ਦਰਦਾਂ ਬਣੀਆਂ ਰਹਿੰਦੀਆਂ ਸੀ, ਮੈਨੂੰ ਕਬਜ਼ ਦੀ ਸਮੱਸਿਆ ਸੀ, ਉਹ ਸਾਰੀਆਂ ਦੀਆਂ ਸਾਰੀਆਂ ਪ੍ਰੋਬਲਮਾਂ ਤੁਹਾਡੀਆਂ ਜਦੋਂ ਦੂਰ ਹੋ ਜਾਣਗੀਆਂ ਤੇ ਤੁਹਾਨੂੰ ਜ਼ਿੰਦਗੀ ਜੀਣ ਦਾ ਨਜ਼ਾਰਾ ਹੀ ਆ ਜਾਏਗਾ। ਅਦਰਵਾਈਜ਼ ਤਾਂ ਤੁਸੀਂ ਸਾਰਾ ਦਿਨ ਉਹਨਾਂ ਪ੍ਰੋਬਲਮਾਂ ਦੇ ਵਿੱਚ ਹੀ ਬੈਠੇ ਰਹਿੰਦੇ ਹੋ ਔਰ ਜ਼ਿੰਦਗੀ ਦੇ ਬਾਰੇ ਕੁਝ ਸੋਚ ਹੀ ਨਹੀਂ ਪਾਉਂਦੇ। ਅਗਰ ਆਪਾਂ ਪਹਿਲੇ ਪ੍ਰੋਡਕਟ ਬਾਰੇ ਗੱਲ ਕਰੀਏ ਬੈਰੀ ਪਲਸ, ਇਹਦੇ ਵਿੱਚ 15 ਫਰੂਟ ਨੇ। ਮੈਂ ਤੁਹਾਨੂੰ ਕਹੂੰਗਾ 15 ਫਰੂਟ ਰੋਜ਼ ਖਾਇਆ ਕਰੋ, 15 ਬੈਰੀਆਂ ਤੋੜ ਤੋੜ ਕੇ ਲਿਆਇਆ ਕਰੋ, ਪੋਸੀਬਲ ਹੀ ਨਹੀਂ ਹੈ। ਬਹੁਤ ਸਾਰੀਆਂ ਬੈਰੀਆਂ ਤਾਂ ਇੱਦਾਂ ਦੀਆਂ ਜਦੋਂ ਤੁਸੀਂ ਹੱਥ ਲਾਉਂਦੇ ਹੋ ਵੈਸੇ ਹੀ ਨਿਕਲ ਜਾਂਦੀਆਂ, ਠੀਕ ਹੈ। ਬੜੀ ਮੁਸ਼ਕਿਲ ਦੇ ਨਾਲ ਇਹ ਚੀਜ਼ਾਂ ਖਾਣੀਆਂ ਸਾਡੇ ਸਰੀਰ ਦੇ ਲਈ ਹੁੰਦੀਆਂ ਨੇ ਔਰ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਨਾ ਔਰ ਫਿਰ ਦੁਬਾਰਾ ਖਾਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪਰ ਅਗਰ ਤੁਸੀਂ ਚਾਹੁੰਦੇ ਹੋ ਕਿ 15 ਦੀਆਂ 15 ਬੇਰੀਆਂ ਜਿਹੜੀਆਂ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਚ ਮਿਲਦੀਆਂ ਆ, ਉਹ ਤੁਹਾਨੂੰ ਇਕੱਠੀਆਂ ਕੋਈ ਲਿਆ ਕੇ ਦੇ ਦੇਵੇ ਔਰ ਉਹਦਾ ਇੱਕ ਜੂਸ ਕੱਢ ਕੇ ਐਕਸਟ੍ਰੈਕਟ ਕੱਢ ਕੇ ਦੇ ਦੇਵੇ ਕਿ ਤੁਹਾਨੂੰ ਨਾ ਤਾਂ ਜ਼ਿਆਦਾ ਟਾਈਮ ਇਕੱਠੇ ਕਰਨ ਨੂੰ ਲੱਗੇ ਤੇ ਨਾ ਹੀ ਖਾਣ ਨੂੰ ਲੱਗੇ, ਔਰ ਸਵੇਰੇ ਉੱਠ ਕੇ ਇਹ ਬੋਟਲ ਦੇ ਨਾਲ ਇੱਕ ਢੱਕਣ ਲੱਗਾ ਹੈ, 30 ml ਦੇ ਲਗਭਗ ਆਪਾਂ ਸਵੇਰੇ ਉੱਠ ਕੇ ਖਾਲੀ ਪੇਟ ਇਹਨੂੰ ਪੀਣਾ ਹੈ ਤੇ 30 ml ਰਾਤੀ ਰੋਟੀ ਤੋਂ ਘੰਟਾ 2 ਘੰਟਾ ਬਾਅਦ ਪੀਣਾ ਹੈ। ਤੁਹਾਡੀ ਜ਼ਿੰਦਗੀ ਦੇ ਨਜ਼ਾਰੇ ਹੀ ਅਲੱਗ ਹੋ ਜਾਣਗੇ ਔਰ ਤੁਹਾਨੂੰ ਵਾਕਿ ਸਿਹਤ ਵੀ ਤੁਹਾਡਾ ਥੈਂਕਸ ਕਰੇਗੀ ਕਿ ਹਾਂ ਤੁਸੀਂ ਕੁਛ ਚੰਗਾ ਸਾਡੇ ਲਈ ਸੋਚਿਆ। 15 berries ਦਾ ਜੂਸ, ਇਹਦੇ ਵਿੱਚ ਬਹੁਤ ਤਗੜੀਆਂ ਤਗੜੀਆਂ ਬੈਰੀਆਂ ਨੇ, ਬਲੈਕ ਚੈਰੀ, ਬਲੂ ਬੈਰੀ, ਗੜਾਲੀ, ਕਰੇਨ ਬੈਰੀ, ਠੀਕ ਹੈ, ਇਸ ਤਰ੍ਹਾਂ ਦੀਆਂ ਬੈਰੀਜ਼ ਨੇ। ਤੁਸੀਂ ਖੁਦ ਗੂਗਲ ਤੇ ਜਾਓ, ਸਰਚ ਕਰੋ, ਇਹ ਕਿੰਨੇ ਫਾਇਦੇ ਦਿੰਦੀਆਂ ਨੇ ਤੁਹਾਡੇ ਸਰੀਰ ਦੀਆਂ ਸਾਰੀਆਂ ਦੀ ਸਾਰੀਆਂ ਪ੍ਰੋਬਲਮਸ ਨੂੰ ਇਹ ਖਤਮ ਕਰ ਦੇਣਗੀਆਂ ਔਰ ਬਿਮਾਰੀ ਤੱਕ ਪਹੁੰਚਣ ਹੀ ਨਹੀਂ ਦੇਣਗੀਆਂ, ਔਰ ਅਗਰ ਬਿਮਾਰੀ ਚੱਲ ਰਹੀ ਹੈ ਤੇ ਉਹਨੂੰ ਰਿਵਰਸ ਕਰਨ ਦੇ ਵਿੱਚ ਵੀ ਇਹ ਤੁਹਾਡੇ ਲਈ ਬਹੁਤ ਸਾਰਾ ਹੈਲਪ ਕਰ ਸਕਦੀਆਂ ਨੇ। ਹਰ ਤਰ੍ਹਾਂ ਦੀ ਪ੍ਰੋਬਲਮ ਦਾ ਇਹ ਸੋਲਿਊਸ਼ਨ ਕੱਢ ਸਕਦੀਆਂ ਨੇ ਔਰ ਸੋਲਿਊਸ਼ਨ ਸਾਡੇ ਸਰੀਰ ਨੇ ਕੱਢਣਾ ਅਗਰ ਅਸੀਂ ਸਰੀਰ ਨੂੰ ਚੰਗੀ ਖੁਰਾਕ ਦੇ ਰਹੇ ਹਾਂ। ਹਰਬੋ ਨਿਊਟਰੀਸਿਪ ਦਾ ਲੇਹ ਸੀਬਕ ਪਲੱਸ, ਇਹ ਜੀ ਇੱਕ ਲੇਹ ਦੇ ਵਿੱਚ ਪਾਈ ਜਾਣ ਵਾਲੀ ਬੈਰੀ ਹੈ, ਹਿਮਾਲਿਆ ਦੇ ਏਰੀਆ ਦੇ ਵਿੱਚ ਪਾਈ ਜਾਂਦੀ ਹੈ, ਇਹ ਵੀ ਸਰੀਰ ਦੇ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਅੱਜ ਬਹੁਤ ਵੱਡੇ ਵੱਡੇ ਬਾਬੇ ਕਹਿ ਲਓ, ਆਪਣੇ ਪ੍ਰਧਾਨ ਮੰਤਰੀ ਕਹਿ ਲਓ, ਜਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ ਨੇ ਇੱਦਾਂ ਦੇ, ਔਰ ਸੀ ਬਕਥੋਰਨ ਨੂੰ ਕਿਹਾ ਜਾਂਦਾ ਹੈ ਕਿ ਸਪੇਸ ਦੇ ਵਿੱਚ ਜੇ ਕੋਈ ਫਰੂਟ ਜਾਂਦਾ ਹੈ ਤੇ ਉਹ ਇਹ ਜਾਂਦਾ ਹੈ। ਜਦੋਂ ਲੋਕ ਸਪੇਸ ਦੇ ਵਿੱਚ ਜਾਂਦੇ ਨੇ ਔਰ ਇਸ ਚੀਜ਼ ਨੂੰ ਨਾਲ ਕੈਰੀ ਕਰਦੇ ਨੇ, ਕਿਉਂ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ, ਇਹਦੇ ਵਿੱਚ ਸਾਰਾ ਦਾ ਸਾਰਾ ਉਹ ਚੀਜ਼ਾਂ ਪ੍ਰੈਜੈਂਟ ਨੇ ਜੋ ਸਾਡੇ ਸਰੀਰ ਨੂੰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਚਾਹੀਦੀਆਂ ਨੇ ਔਰ ਇਹ ਸਾਡੇ ਸਰੀਰ ਦੀਆਂ ਸਾਰੀਆਂ ਕਮੀਆਂ ਪੂਰੀਆਂ ਕਰ ਸਕਦਾ ਹੈ। ਔਰ ਇਹਦੇ ਨਾਲ ਇਹਦੇ ਵਿੱਚ ਅਸ਼ਵਗੰਧਾ, ਸ਼ਤਾਵਰੀ, ਹੋਰ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਨੇ। ਓਵਰਆਲ ਇਹ ਪੂਰੀ ਦੀ ਪੂਰੀ ਬੋਡੀ ਲਈ ਕੰਮ ਕਰਦਾ ਹੈ। ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹ ਪ੍ਰੋਬਲਮ ਵਧਣ ਨਾ ਦੇਣ ਚ ਵੀ ਹੈਲਪ ਕਰੇਗਾ, ਉਹਨੂੰ ਘਟਾਉਣ ਚ ਵੀ ਹੈਲਪ ਕਰੇਗਾ, ਤੇ ਅਗਰ ਕੋਈ ਰੈਗੂਲਰ ਲਾਈਫ ਦੇ ਵਿੱਚ ਇਹਨੂੰ ਯੂਜ਼ ਕਰਦਾ ਤੇ ਬਹੁਤ ਅੱਛਾ ਜੂਸ ਹੈ, ਬਹੁਤ ਅੱਛਾ ਟੇਸਟ ਹੈ, ਸਾਡੀ ਸਕਿਨ ਲਈ ਬਹੁਤ ਅੱਛਾ ਹੈ। ਔਰ ਇਹਦੇ ਵਿੱਚ ਬਹੁਤ ਸਾਰੇ ਐਸੀਆਂ ਚੀਜ਼ਾਂ ਪਾਈਆਂ ਗਈਆਂ ਨੇ ਜੋ ਸਾਡੀ ਸਿਹਤ ਨੂੰ ਇੱਕ ਅਲੱਗ ਹੀ ਲੈਵਲ ਤੇ ਲੈ ਜਾਂਦੀਆਂ। ਰੈੱਡ ਐਲੋਵੇਰਾ ਜੀ ਇੱਕ ਅਲੱਗ ਕਿਸਮ ਦਾ ਐਲੋਵੇਰਾ ਹੁੰਦਾ ਹੈ, 400 ਤਰ੍ਹਾਂ ਦੇ ਐਲੋਵੇਰਾ ਹੁੰਦੇ, ਉਹਦੇ ਵਿੱਚ ਕਿੰਗ ਆਫ ਐਲੋ ਕਿੰਗਡਮ ਕਿਹਾ ਜਾਂਦਾ ਰੈੱਡ ਐਲੋਵੇਰਾ ਨੂੰ, ਔਰ ਇਹ ਵੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ, ਚਾਹੇ ਅਸੀਂ ਪਾਚਨ ਸਮੱਸਿਆ ਵਾਲੀ ਕਹਿ ਲਈਏ, ਚਾਹੇ ਸਰੀਰ ਦੀਆਂ ਕਮੀਆਂ ਵਾਲੀ ਕਹਿ ਲਈਏ, ਇਹਦੇ ਵਿੱਚ ਬਹੁਤ ਸਾਰੇ ਅਮੀਨੋ ਐਸਿਡ, ਬਹੁਤ ਸਾਰੇ ਇੱਦਾਂ ਦੇ ਵਿਟਾਮਿਨ ਮਿਨਰਲ ਮਿਲਦੇ ਨੇ ਜੋ ਸਾਡੇ ਸਰੀਰ ਦੀ ਡੇਲੀ ਨੀਡ ਨੂੰ ਪੂਰਾ ਕਰਦੇ ਨੇ। ਔਰ ਇਹ ਸਰੀਰ ਚ ਕਿੱਦਾਂ ਕੰਮ ਕਰਦਾ ਹੈ, ਸੇਮ ਉਸੇ ਤਰੀਕੇ ਨਾਲ ਜਿਹੜੇ ਜਿਹੜੇ ਸਰੀਰ ਦੀਆਂ ਕਮੀਆਂ ਹੋਈਆਂ ਨੇ ਉਹਨਾਂ ਨੂੰ ਖਤਮ ਕਰਦਾ ਹੈ, ਰੈੱਡ ਬਲੱਡ ਸੈੱਲ ਵਧਾਉਂਦਾ ਹੈ, ਕਲਾਜ਼ਨ ਵਧਾਉਂਦਾ ਹੈ, ਸਾਡੀ ਸਕਿਨ ਦੇ ਲਈ ਬਹੁਤ ਵਧੀਆ ਹੁੰਦਾ ਹੈ, ਸ਼ੂਗਰ ਦੇ ਐਂਟੀ ਇਹ ਕੰਮ ਕਰਦਾ ਹੈ, ਆਪਣੇ ਜਿੰਨੇ ਵੀ ਬੈਕਟੀਰੀਆ ਮਾਈਕਰੋਬੀਅਲ ਹੁੰਦੇ ਨੇ ਉਹਨਾਂ ਦੇ ਵਿਰੋਧ ਵਿੱਚ ਇਹ ਕੰਮ ਕਰਦਾ ਹੈ। ਔਰ ਬਹੁਤ ਅੱਛੇ ਟੇਸਟ ਦੇ ਨਾਲ ਇਹ ਤਿਆਰ ਕੀਤਾ ਗਿਆ ਔਰ 100% ਸੇਫ ਹੈ, ਤੁਸੀਂ ਕੋਈ ਵੀ ਇਨਸਾਨ ਇਹਨੂੰ ਕੰਜ਼ਿਊਮ ਕਰ ਸਕਦਾ ਹੈ। ਸੋ ਅਗੇਨ ਐਂਟੀ ਆਕਸੀਡੈਂਟ, ਡੀਟੋਕਸੀਫਾਈ, ਕਬਜ਼ ਦੇ ਵਿੱਚ ਤੁਹਾਨੂੰ ਰਾਹਤ ਦੇਵੇਗਾ, ਡਾਈਜੈਸ਼ਨ ਵਧਾਏਗਾ, ਸਕਿਨ ਦੇ ਲਈ ਵਧੀਆ ਹੈ, ਐਂਟੀ ਕੈਂਸਰ ਪ੍ਰੋਪਰਟੀ ਔਰ ਐਂਟੀ ਡਾਇਬਟਿਕ ਪ੍ਰੋਪਰਟੀ। ਦੋਸਤੋ ਅਗਰ ਅਸੀਂ ਉਹ, ਮੈਂ ਤੁਹਾਨੂੰ ਦੁਬਾਰਾ ਸਲਾਈਡ ਯਾਦ ਕਰਾ ਦਵਾਂ, ਅਗਰ ਡਾਇਟ ਤੇ ਡੈਫੀਸ਼ੈਂਸੀ ਤੇ ਅਸੀਂ ਕੰਮ ਨਹੀਂ ਕੀਤਾ ਤੇ ਉਸ ਤੋਂ ਬਾਅਦ ਕੀ ਹੋਣ ਵਾਲਾ ਹੈ ਸਾਨੂੰ ਬਿਮਾਰੀ ਹੈ। ਮੈਂ ਐਗਜ਼ਾਮਪਲ ਦੇ ਰਿਹਾ ਕਿ ਕੌਂਸਟੀਪੇਸ਼ਨ, ਕਬਜ਼ ਕੋਈ ਬਿਮਾਰੀ ਨਹੀਂ ਹੈ ਪਰ ਲਗਾਤਾਰ ਬਣੀ ਰਹੇਗੀ ਔਰ ਦਵਾਈਆਂ ਤੁਸੀਂ ਖਾਂਦੇ ਰਹੋਗੇ ਤੇ ਅੱਗੇ ਜਾ ਕੇ ਕੀ ਹੋਏਗਾ, ਉਹ ਬਵਾਸੀਰ ਦਾ ਰੂਪ ਧਾਰਨ ਕਰ ਲਏਗੀ ਤੇ ਬਵਾਸੀਰ ਦੀ ਦਵਾਈ ਵੀ ਲਗਾਤਾਰ ਖਾਂਦੇ ਰਹੋਗੇ ਜਾਂ ਕਬਜ਼ ਦੀ ਖਾਂਦੇ ਰਹੋਗੇ ਤਾਂ ਇੱਕ ਟਾਈਮ ਤੇ ਕੈਂਸਰ ਬਣ ਜਾਏਗਾ। ਔਰ ਹਰ ਸਾਲ 10 million ਮਤਲਬ 1 crore ਇਨਸਾਨ ਸਫ਼ਰ ਕਰਦਾ ਹੈ ਇਸ ਦਰਦ ਤੋਂ ਜਿਹੜੀ ਕਿ ਉਹਨੂੰ ਬਵਾਸੀਰ ਦੀ ਵਜ੍ਹਾ ਨਾਲ ਹੋ ਰਹੀ ਹੁੰਦੀ ਹੈ। ਔਰ ਬੈਡ ਕੋਲੈਸਟਰੋਲ, ਖੂਨ ਦਾ ਗਾੜਾ ਹੋਣਾ, ਹਾਈ BP ਤੱਕ ਤਾਂ ਤੁਹਾਨੂੰ ਲੈ ਕੇ ਜਾਂਦਾ ਹੀ ਹੈ, ਪਰ ਅਗਰ ਤੁਸੀਂ ਗੋਲੀ ਦੇ ਸਹਾਰੇ ਜ਼ਿੰਦਗੀ ਜੀ ਰਹੇ ਹੋ ਤੇ ਇੱਕ ਟਾਈਮ ਤੇ ਸਟਰੋਕ ਆਏਗਾ,
ਕਿਉਂਕਿ 45% ਲੋਕਾਂ ਨੂੰ ਹਾਰਟ ਅਟੈਕ ਆਉਂਦਾ ਹੈ ਤੇ 51% ਲੋਕਾਂ ਨੂੰ ਪੈਰਾਲਾਈਜ਼ ਦਾ ਅਧਰੰਗ ਦਾ ਅਟੈਕ ਆ ਜਾਂਦਾ ਹੈ, ਉਹਨਾਂ ਦੀ ਇੱਕ ਸਾਈਡ ਕੰਮ ਕਰਨੀ ਬੰਦ ਕਰ ਜਾਂਦੀ ਹੈ, ਇਹਨਾਂ ਨੂੰ ਜਿਹੜੇ ਕਿ ਬੀਪੀ ਜਿਹਨਾਂ ਦਾ ਵੱਧ ਰਿਹਾ। ਔਰ ਅਗਰ ਇਹ ਪ੍ਰੋਬਲਮਾਂ ਆਉਂਦੀਆਂ ਜਾਂ ਨਹੀਂ ਆਉਂਦੀਆਂ, ਉਸ ਤੋਂ ਬਾਅਦ ਆਪਾਂ ਕਿਡਨੀ ਫੇਲੀਅਰ ਦੇਖਦੇ ਹਾਂ, ਲੋਕ ਕਿਡਨੀ ਦੀ ਡਾਇਲਿਸਿਸ ਕਰਵਾ ਰਹੇ ਹੁੰਦੇ ਨੇ, ਠੀਕ ਹੈ, ਔਰ ਇੱਕ ਜਿਉਂਦੇ ਜੀ ਨਰਕ ਦੇਖਣ ਵਾਲੀ ਗੱਲ ਹੁੰਦੀ ਹੈ। ਇੱਕ ਇਨਸਾਨ ਬਿਮਾਰ ਹੈ, ਨਾਲ ਉਹਦੇ ਇੱਕ ਇਨਸਾਨ ਚੱਕ ਕੇ ਲਿਜਾ ਰਿਹਾ ਹੈ, ਮਤਲਬ ਦੋ ਇਨਸਾਨਾਂ ਦੀ ਜ਼ਿੰਦਗੀ ਤਾਂ ਗਈ ਔਰ ਪੂਰੇ ਪਰਿਵਾਰ ਦਾ ਪੈਸਾ ਵੀ ਹੈ। ਸੋ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਆਪਾਂ ਅੱਜ ਇੱਕ ਡਿਸੀਜਨ ਲਈਏ ਕਿ ਆਪਾਂ ਕਿਹੜੇ ਰਾਹ ਚੱਲਣਾ ਹੈ, ਉਹ ਪਹਿਲੀ ਦੂਜੀ ਸਟੇਜ ਤੇ ਸਮਝਦਾਰ ਬਣਨਾ ਹੈ ਜਾਂ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਸਟੇਜ ਤੇ ਜਾ ਕੇ ਸਾਰਾ ਕੁਛ ਲੁਟਾ ਕੇ ਫਿਰ ਲੋਕਾਂ ਨੂੰ ਇਹ ਕਹਿਣਾ ਹੈ ਕਿ ਸਾਨੂੰ ਵੀ ਕਿਸੇ ਨੇ ਸਮਝਾਇਆ ਸੀ ਪਰ ਅਸੀਂ ਨਹੀਂ ਸੀ ਮੰਨੇ, ਜਾਂ ਮਾਂ ਬਾਪ ਬੱਚਿਆਂ ਨੂੰ ਕਹਿਣਗੇ ਕਿ ਸਾਡੀ ਗਲਤੀ ਸੀ, ਸਾਨੂੰ ਲੱਗਦਾ ਸੀ ਅਸੀਂ ਸਹੀ ਹਾਂ ਬਟ ਅਸੀਂ ਗਲਤ ਸੀ, ਤੇ ਤੁਸੀਂ ਜ਼ਰੂਰ ਹੁਣ ਚੰਗਾ ਖਾਇਆ ਕਰੋ ਆਪਣੇ ਬੱਚਿਆਂ ਨੂੰ, ਆਪਾਂ ਉਦੋਂ ਜਾ ਕੇ ਇਹ ਗੱਲ ਸਮਝਾਈਏ ਜਦੋਂ ਤੱਕ ਉਹਨਾਂ ਦੀ ਵੀ ਅੱਧੀ ਜ਼ਿੰਦਗੀ ਖਰਾਬ ਹੋ ਚੁੱਕੀ ਹੋਵੇ ਤੇ ਆਪਣੀ ਸਾਰੀ ਖਰਾਬ ਹੋ ਚੁੱਕੀ ਹੋਵੇ। ਆਪਾਂ ਇਸ ਚੀਜ਼ ਦਾ ਮਤਲਬ ਅੱਜ ਹੀ ਸਮਝੀਏ ਕਿ ਡਾਇਟ ਤੇ ਡੈਫੀਸ਼ੀਐਂਸੀ ਹੀ ਇੱਦਾਂ ਦੀਆਂ ਚੀਜ਼ਾਂ ਨੇ ਜੋ ਬਿਮਾਰੀਆਂ ਵੱਲ ਲੈ ਕੇ ਜਾ ਰਹੀਆਂ ਨੇ। ਆਪਾਂ ਉਹਨਾਂ ਤੋਂ ਬਚਣ ਲਈ ਇਹਨਾਂ ਨੂੰ ਪਹਿਲੇ ਲੈਵਲ ਤੇ ਹੀ ਅੰਡਰਸਟੈਂਡ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਤੇ ਪਰਿਵਾਰ ਦੇ ਪੈਸੇ ਤੇ ਪਰਿਵਾਰ ਦੀ ਖੁਸ਼ੀਆਂ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ। ਸੋ ਮੇਰੇ ਵੱਲੋਂ ਇੰਨਾ ਹੀ ਅੱਜ ਦੇ ਲਈ। ਥੈਂਕਸ ਫੋਰ ਵਾਚਿੰਗ। ਆਪਣੇ ਕੋਲ 10 ਮਿੰਟ ਦਾ ਟਾਈਮ ਹੈ, ਕੋਈ ਵੀ ਸੁਜੈਸ਼ਨ, ਕੋਈ ਵੀ ਤੁਹਾਨੂੰ ਚੀਜ਼ਾਂ ਵਧੀਆ ਲੱਗੀਆਂ ਹੁਣ ਤਾਂ ਤੁਸੀਂ ਚੈਟ ਦੇ ਵਿੱਚ ਵੀ ਦੱਸ ਸਕਦੇ ਹੋ ਤੇ ਬੋਲ ਕੇ ਦੱਸ ਸਕਦੇ। ਥੈਂਕ ਯੂ ਜੀ। ਥੈਂਕ ਯੂ ਵਿਪਨ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਜਿਹੜਾ ਉਹ ਪੰਜਾਬੀ ਦੇ ਵਿੱਚ ਹੀ ਸਾਰਾ ਜਿਹੜਾ